हेलो दोस्तों, यह है मेहरा वीडियोज़ दा हेल्पडेस्क। दोस्तों अज दे चैप्टर दे विच मैं तुहानूं एक प्राइवेट जॉब दे बारे दसदा। जिहड़ी इह प्राइवेट जॉब है दोस्तों, यह सिर्फ मुंडियां वास्ते है। वैसे तां देखो होर भी बहुत सारियां जॉब ने, तो तुहानूं दिख जाणगे इत्थे, जो मैं लिंक डिस्क्रिप्शन दे विच दित्ता तुसीं देख सकदे हो। पर जिहड़ी इह जॉब है, यह मैं तुहानूं दस दिंदा कि देखो मैं तुहानूं जिहड़ी जॉब दे बारे दसण लग्गा, यह सिर्फ मलोट दी ही जॉब है दोस्तों। मलोट जां फिर इसदे आस पास वाले कैंडीडेट इन्हां नाल कॉन्टैक्ट कर सकदे ने। यह जॉब की है हुण मैं तुहानूं यह भी दसदा। ਜਦੋਂ ਦੇਖੋ ਇਹਦੇ ਵਿੱਚ ਤੁਹਾਨੂੰ ਕੋਈ ਪੱਕੀ ਸੈਲਰੀ ਨਹੀਂ ਮਿਲੇਗੀ, ਇਹਦੇ ਵਿੱਚ ਤੁਹਾਨੂੰ ਕਮਿਸ਼ਨ ਮਿਲੇਗਾ। ਕਮਿਸ਼ਨ ਜਿਹੜਾ ਮਿਲੇਗਾ ਉਹ ਤੁਹਾਨੂੰ ਕਿਲੋਮੀਟਰ ਦੇ ਹਿਸਾਬ ਨਾਲ ਮਿਲੇਗਾ, ਕਿਉਂਕਿ ਇਹ ਜੋ ਕੰਮ ਹੈ ਇਹ LTHT ਵਰਕ ਆ ਦੋਸਤੋ। ਆਪਣੇ ਜਿਵੇਂ ਖੇਤਾਂ ਦੇ ਵਿੱਚ ਖੰਭੇ ਹੁੰਦੇ ਨੇ ਦੋਸਤੋ, ਉਹਨਾਂ ਦੇ ਉੱਤੇ ਕੋਈ ਪੈਂਫਲੇਟ ਵਗੈਰਾ ਜੋ ਵੀ ਲੱਗਦੇ ਨੇ ਉਹਨਾਂ ਦੇ, ਉਹ ਲਾਉਣ ਦਾ ਕੰਮ ਹੈ ਦੋਸਤੋ, ਉਹ ਕੰਮ ਹੈ। ਇਸ ਕੰਮ ਦੇ ਵਿੱਚ ਇਹਨਾਂ ਨੂੰ ਬੋਇਜ਼ ਦੀ ਲੋੜ ਹੈ, ਮਤਲਬ ਕਿ ਮੁੰਡਿਆਂ ਦੀ ਲੋੜ ਹੈ। ਅਤੇ ਤੁਹਾਨੂੰ ਜੋ ਕਮਿਸ਼ਨ ਮਿਲੇਗਾ ਉਹ ਮਿਲੇਗਾ 150 ਰੁਪਏ ਪਰ ਕਿਲੋਮੀਟਰ ਦੋਸਤੋ। ਪਰ ਕਿਲੋਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣਗੇ, 1 ਕਿਲੋਮੀਟਰ ਦੇ ਤੁਹਾਨੂੰ 150 ਰੁਪਏ ਮਿਲਣਗੇ। ਦੇਖੋ ਜੇ ਤੁਸੀਂ ਇੰਟਰਸਟਡ ਹੋ ਜਾਂ ਫਿਰ ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਨਾਲ ਕੰਟੈਕਟ ਕਰ ਸਕਦੇ ਹੋ ਦੋਸਤੋ। ਇਹਦੇ ਵਿੱਚ ਇੱਕ ਕੰਡੀਸ਼ਨ ਹੋਰ ਹੈ ਕਿ ਤੁਹਾਡੇ ਕੋਲ ਇੱਕ ਤਾਂ ਐਂਡਰੋਇਡ ਮੋਬਾਈਲ ਹੋਣਾ ਚਾਹੀਦਾ। ਅਤੇ ਦੋਸਤੋ ਤੁਹਾਨੂੰ ਦੇਖੋ ਐਂਡਰੋਇਡ ਮੋਬਾਈਲ ਦੇ ਉੱਤੇ ਤੁਹਾਡੇ ਇੱਕ ਸੋਫਟਵੇਅਰ ਵਗੈਰਾ ਇੰਸਟਾਲ ਕਰ ਦਿੱਤਾ ਜਾਏਗਾ, ਇੱਕ ਐਪ ਇੰਸਟਾਲ ਕਰ ਦਿੱਤਾ ਜਾਏਗਾ, ਅਤੇ ਤੁਹਾਨੂੰ ਉਹ ਓਪਰੇਟ ਕਰਨਾ ਆਉਂਦਾ ਹੋਊਗਾ ਦੋਸਤੋ। ਉਹ ਤੁਹਾਨੂੰ ਥੋੜ੍ਹੀ ਜਿਹੀ ਟ੍ਰੇਨਿੰਗ ਦੇ ਦੇਣਗੇ, ਦੱਸ ਦੇਣਗੇ ਤੁਹਾਨੂੰ ਕਿ ਕਿਸੇ ਹਿਸਾਬ ਨਾਲ ਇਹ ਕੰਮ ਕਰੇਗਾ। ਅਤੇ ਬਾਕੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਤੁਹਾਨੂੰ 150 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਪੇਮੈਂਟ ਮਿਲੇਗੀ। ਅਤੇ ਜੇ ਤੁਸੀਂ ਇੰਟਰਸਟਡ ਹੋ ਤਾਂ ਦੋਸਤੋ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਦੋਸਤੋ। ਇਹਨਾਂ ਦਾ ਕੰਟੈਕਟ ਨੰਬਰ ਹੈ ਅਤੇ ਮਿਸਟਰ ਜਗਜੀਵਨ ਸਿੰਘ ਨੇ ਜਿਨ੍ਹਾਂ ਦੇ ਨਾਲ ਤੁਸੀਂ ਗੱਲ ਕਰਨੀ ਹੈ, ਮਿਸਟਰ ਜਗਜੀਵਨ ਸਿੰਘ, ਅਤੇ ਇਹਨਾਂ ਦਾ ਕੰਟੈਕਟ ਨੰਬਰ ਹੈ ਦੋਸਤੋ। ਬਾਕੀ ਜੋ ਵੀ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਅਤੇ ਦੋਸਤੋ ਇਹ ਛੋਟਾ ਜਿਹਾ ਚੈਪਟਰ ਸੀ, ਬਾਕੀ ਹੋਰ ਵੀ ਬਹੁਤ ਸਾਰੀਆਂ ਜੋਬਸ ਨੇ ਜਿਹੜੀਆਂ, ਜਿਹੜਾ ਇਹ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਤੁਸੀਂ ਦੇਖ ਸਕਦੇ ਹੋ। ਅਤੇ ਬਾਕੀ ਦੋਸਤੋ ਆਪਾਂ ਮਿਲਦੇ ਹਾਂ ਬਹੁਤ ਜਲਦ ਇੱਕ ਨਵੀਂ ਜੋਬ ਦੇ ਨਾਲ, ਤਦ ਤੱਕ ਦੇ ਲਈ ਗੁੱਡ।